ਏਅਰਟੈੱਲ ਆਵਾਜ਼ ਪੰਜਾਬ ਦੀ। ਕਿਆ ਫਿਕਰ ਬੇਸ਼ੱਕ ਕਮ ਸੇ ਹੋਗਾ, ਹਮ ਕਿਆ ਚੀਜ਼ ਹੈ ਕਿ ਕੋਈ ਕਾਮ ਹਮ ਸੇ ਹੋਗਾ, ਜੋ ਕੁਛ ਹੁਆ ਹੁਆ ਕਰਮ ਸੇ ਤੇਰੇ, ਜੋ ਕੁਛ ਹੋਗਾ ਤੇਰੇ ਕਰਮ ਸੇ ਹੋਗਾ। ਸੰਗੀਤ ਸੁਰਾਂ ਦੀ ਇਸ ਮਹਿਫਿਲ ਯਾਨੀ ਕਿ ਆਵਾਜ਼ ਪੰਜਾਬ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ। ਸੰਗੀਤ ਪਰਮਾਤਮਾ ਨੂੰ ਪਾਉਣ ਦਾ ਸਭ ਤੋਂ ਆਸਾਨ ਰਸਤਾ, ਔਰ ਉਸ ਰਸਤੇ ਦੇ ਉੱਤੇ ਸਾਡੀ ਨੌਜਵਾਨ ਪੀੜ੍ਹੀ ਚੱਲ ਕੇ ਫਤਿਹ ਹਾਸਲ ਕਰਨਾ ਚਾਹੁੰਦੀ ਹੈ ਦੁਨੀਆ ਦੀ ਹਰ ਚੀਜ਼ ਦੇ ਉੱਤੇ, ਦੌਲਤ ਅਤੇ ਸ਼ੌਹਰਤ 'ਤੇ। ਕਿੰਨੇ ਕਾਮਯਾਬ ਹੋਣਗੇ ਅੱਜ ਦੇ ਕੁਆਟਰ ਫਾਈਨਲ ਰਾਊਂਡ ਦੇ ਸਾਡੇ 4 ਮੇਲ ਕੰਟੈਸਟੈਂਟਸ, ਉਹਨਾਂ ਦੀ ਪਰਖ ਕਰਨ ਦੇ ਲਈ ਮੰਚ 'ਤੇ ਸੱਦਾ ਜਨਾਬ ਹੰਸ ਰਾਜ ਹੰਸ, ਜਸਪਿੰਦਰ ਨਰੂਲਾ ਅਤੇ ਸਚਿਨ ਅਹੂਜਾ ਜੀ ਨੂੰ। ਕੁਆਟਰ ਫਾਈਨਲ ਰਾਊਂਡਸ ਅਤੇ ਅੱਜ ਦੇ ਸਾਡੇ 4 ਮੇਲ ਕੰਪੀਟੀਟਰਸ, ਮਾਸ਼ਾ ਅਲੀ, ਵਜ਼ੀਰ ਸਾਗਰ, ਵਿਪਿਨ ਗਿੱਲ ਔਰ ਉਸ ਦੇ ਨਾਲ ਧਰਮਵੀਰ, ਸਾਡੇ 4 ਪਾਰਟੀਸੀਪੈਂਟਸ ਪੂਰੀ ਮਿਹਨਤ ਦੇ ਨਾਲ, ਪੂਰੀ ਤਿਆਰੀ ਦੇ ਨਾਲ ਇਸ ਕੰਪੀਟੀਸ਼ਨ ਦੇ ਵਿੱਚ ਆਏ ਨੇ। ਔਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੁਆਟਰ ਫਾਈਨਲ ਰਾਊਂਡਸ ਨੂੰ ਵੰਡਿਆ ਗਿਆ 4 ਰਾਊਂਡਸ ਦੇ ਵਿੱਚ, ਸਭ ਤੋਂ ਪਹਿਲਾਂ ਕੰਟੈਸਟੈਂਟ ਚੋਇਸ ਰਾਊਂਡ, ਦੂਸਰਾ ਫੋਕ ਮਿਊਜ਼ਿਕ ਰਾਊਂਡ, ਤੀਸਰਾ ਪਾਪੂਲਰ ਮਿਊਜ਼ਿਕ ਰਾਊਂਡ ਅਤੇ ਚੌਥਾ ਜੂਰੀ ਚੋਇਸ ਰਾਊਂਡ। ਔਰ ਇਸ ਦੇ ਨਾਲ ਹੀ ਸ਼ੁਰੂਆਤ ਕਰਦੇ ਆਪਣੇ ਪਹਿਲੇ ਰਾਊਂਡ ਦੀ, ਕੰਟੈਸਟੈਂਟ ਚੋਇਸ ਰਾਊਂਡ, ਅਤੇ ਸਾਡੇ ਸਭ ਤੋਂ ਪਹਿਲੇ ਪਾਰਟੀਸੀਪੈਂਟ ਨੇ ਮਾਸ਼ਾ ਅਲੀ। ਬੜੀ ਸਿਫਤ ਸੁਣੀ ਦਰਬਾਰ ਵਾਲੀ, ਡਿੱਗਦੇ ਟੈਂਦਿਆਂ ਨੂੰ ਲਾ ਪਾਰ ਦੇਵੇ, ਰਹਿਮਤ ਕੋ ਜੇ ਕੁਛ ਅਜਿਆਂ ਤੇ ਕਰੇ ਦਾਤੀ, ਬਿਨਾਂ ਭਵ ਸਾਗਰੋਂ ਤਾਰ ਦੇਵੇ, ਖਾ ਕੇ ਠੇਡੇ ਠੋਕਰਾਂ ਮਾਇਆ ਗੇ ਤੇਰੇ ਪਵਨਾਂ ਤੇ, ਸਾਨੂੰ ਅਜੇ ਹੋਏ ਨਾ ਦੀਦਾਰ, ਸਾਨੂੰ ਅਜੇ ਹੋਏ ਨਾ ਦੀਦਾਰ, ਖਾ ਕੇ ਠੇਡੇ ਠੋਕਰਾਂ ਮਾਇਆ ਗੇ ਤੇਰੇ ਪਵਨ, ਸਾਨੂੰ ਅਜੇ ਹੋਏ ਨਾ ਦੀਦਾਰ, ਸਾਨੂੰ ਅਜੇ ਹੋਏ ਨਾ ਦੀਦਾਰ, ਕਿਹੜੀ ਐਡੀ ਕੋਟ ਮਾਏ ਸਾਡਿਆਂ ਨਸੀਬਾਂ ਵਿੱਚ, ਬੈਠਿਆਂ ਨੂੰ ਹੋ ਗਏ ਦਿਲ ਚਾ, ਸਾਨੂੰ ਅਜੇ ਹੋਏ ਪਾਈ ਨਹੀਂ ਮਾਂ, ਦੁਨੀਆ 'ਚ ਕੋਈ ਸਾਡਾ ਹੋਰ ਨਾ, ਕਿਹਦੇ ਕੋਲ ਖੋਲ ਦੇਵਾਂ ਢਿੱਡ ਦੀਆਂ ਗੰਢਾਂ, ਦੱਸ ਕਿਸੇ ਉੱਤੇ ਕੋਈ ਸਾਡਾ ਜ਼ੋਰ ਨਾ, ਅਸੀਂ ਨਹੀਂ ਉਹ ਦੇਖਿਆ
ਮਨਿਕ ਕਦੇ ਗੋਦ ਵਾਲਾ ਘੁੱਟ ਕੇ ਲਾ ਸੀਨੇ ਦੇ ਦੇ ਪਿਆਰ ਸਾਨੂੰ ਅਜੇ ਹੋਵੇ ਨਾ ਦੀਦਾਰ ਕਿਹੜੀ ਐਡੀ ਕੋਟ ਮਾਏ ਸਾਡਿਆਂ ਨਸੀਬਾਂ ਵਿੱਚ ਬੈਠਿਆਂ ਨੂੰ ਹੋ ਗਏ ਦਿਲ ਸਾਨੂੰ ਅਜੇ ਹੋਏ ਨਾ ਦੀਦਾਰ ਬਹੁਤ ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਬਾਵਜੂਦ ਇਸ ਦੇ ਬਹੁਤ ਅੱਛਾ ਗਾਇਆ ਸ਼ਾਬਾਸ਼ ਥੈਂਕ ਯੂ
ਰੱਬਾ ਮੇਰੇ ਰੱਬਾ ਮੇਰੇ ਹਾਲ ਦਾ ਮੈਰਮ ਤੂੰ ਮੌਲਾ ਮੇਰੇ ਹਾਲ ਦਾ ਮੈਰਮ ਤੂੰ ਮੌਲਾ ਮੇਰੇ ਹਾਲ ਦਾ ਮੈਰਮ ਤੂੰ ਰੱਬਾ ਮੇਰੇ ਹਾਲ ਦਾ ਮੈਰਮ ਤੂੰ ਅੰਦਰ ਤੂੰ ਏ ਬਾਹਰ ਤੂੰ ਅੰਦਰ ਤੂੰ ਏ ਬਾਹਰ ਤੂੰ ਮੌਲਾ ਮੇਰੇ ਹਾਲ ਦਾ ਮੈਰਮ ਤੂੰ ਰੱਬਾ ਮੇਰੇ ਹਾਲ ਦਾ ਮੈਰਮ ਤੂੰ ਤੂੰ ਵਿੱਚ ਤੂੰ ਰੋਮ ਰੋਮ ਵਿੱਚ ਤੂੰ ਮੌਲਾ ਮੇਰੇ ਹਾਲ ਦਾ ਮੈਰਮ ਤੂੰ ਰੱਬਾ ਮੇਰੇ ਹਾਲ ਦਾ ਮੈਰਮ ਤੂੰ ਅੰਦਰ ਤੂੰ ਏ ਬਾਹਰ ਤੂੰ ਅੰਦਰ ਤੂੰ ਏ ਬਾਹਰ ਤੂੰ ਮੌਲਾ ਮੇਰੇ ਹਾਲ ਦਾ ਮੈਰਮ ਤੂੰ ਮੌਲਾ ਮੇਰੇ ਹਾਲ ਦਾ ਮੈਰਮ ਤੂੰ ਵੈਰੀ ਗੁੱਡ ਕੰਬਣਾ ਨਹੀਂ ਹੈ ਘਬਰਾਤੇ ਨਹੀਂ ਰਹੇ ਥੋੜ੍ਹਾ ਜਿਹਾ ਕਿਉਂ ਉਹੀਓ ਥੋੜ੍ਹਾ ਜਿਹਾ ਕਿਉਂ ਇੰਨੇ ਵਧੀਆ ਲੋਕ ਐਡੇ ਵੱਡੇ ਰੱਬ ਲੋਕ ਮੇਰੇ ਸਾਹਮਣੇ ਬੈਠੇ ਤਾਂ ਥੋੜ੍ਹਾ ਬਹੁਤਾ ਤਾਂ ਹੋਏਗਾ ਹੀ ਜਿਹਨੂੰ ਯਾਦ ਕਰ ਰਹੇ ਹੋ ਉਸ ਤੋਂ ਵੱਡੇ ਅਸੀਂ ਨਹੀਂ ਹੈਗੇ ਉਹ ਜਿਹਦਾ ਨਾਂ ਲੈ ਰਹੇ ਹੋ ਉਸ ਤੋਂ ਵੱਡੇ ਅਸੀਂ ਨਹੀਂ ਹੈਗੇ ਜਿਹਦਾ ਨਾਂ ਲੈ ਰਹੇ ਹੈ ਹਾਂਜੀ ਦੇਖੋ ਇਹ ਕੰਬ ਰਿਹਾ ਗਾਣਾ ਕਿੰਨਾ ਕਾਇਮ ਹੈ ਜੇ ਗਾਣਾ ਵੀ ਕੰਬਦਾ ਨਾਲ ਫੇ ਐਪ ਸੀ ਤੁਸੀਂ ਬੇਸ਼ੱਕ ਕਦਮ ਨਾਲ ਥੋੜ੍ਹਾ ਹੋ ਰਿਹਾ ਸੀ ਹਿੱਲ ਰਿਹਾ ਸੀ ਗਾਣਾ ਨਹੀਂ ਹਿੱਲਿਆ ਤੁਹਾਡਾ ਥੈਂਕ ਯੂ ਦਿਸ ਇਜ਼ ਗੁੱਡ ਥੈਂਕ ਯੂ ਓਕੇ ਜੀ ਇਸ਼ਕ ਤੇਰੇ ਵਿੱਚ ਮੈਂ ਤੇਰੀ ਲਾਇਆ ਰੋਗ ਅਵਲਾਨੀ ਆਪ ਤੇ ਹੱਸਦੀ ਰਹਿਣੀ ਏ ਸਾਡੀ ਰੋਣਾ ਪੱਲੇ ਪਾਇਆ ਨੀ
ਤੇਰਾ ਦਿਲ ਤੇ ਅਕਸ਼ ਬਣਾਉਂਦੇ ਰੇ ਤੈਨੂੰ ਦੁਲਹਨ ਵਾਂਗ ਸਜਾਉਂਦੇ ਰੇ ਤੇਰਾ ਦਿਲ ਤੇ ਅਕਸ਼ ਬਣਾਉਂਦੇ ਰੇ ਤੈਨੂੰ ਦੁਲਹਨ ਵਾਂਗ ਸਜਾਉਂਦੇ ਰੇ ਸੁਪਨੇ ਵਾਂਗੂ ਅੱਖ ਖੁੱਲੀ ਤੇ ਸੁਪਨੇ ਵਾਂਗੂ ਅੱਖ ਖੁੱਲੀ ਤੇ ਨਜ਼ਰ ਪਈ ਨਾ ਹੀਰੇਨੀ ਗੈਰਾਂ ਦੇ ਮਹਿਲੀ ਸਜ ਗਈਏ ਤੂੰ ਹੁਸਨ ਦੀਏ ਤਸਵੀਰੇਨੀ ਗੈਰਾਂ ਦੇ ਮਹਿਲੀ ਸਜ ਗਈਏ ਤੂੰ ਹੁਸਨ ਦੀਏ ਤਸਵੀਰੇਨੀ ਗੈਰਾਂ ਦੇ ਮਹਿਲੀ ਸਜ ਗਈਏ ਤੂੰ ਹੁਸਨ ਦੀਏ ਤਸਵੀਰੇਨੀ ਸਲਾਣੇ ਵਾਲਾ ਕੀਤਾ ਹਾਏ ਦਿਲ ਆਪਣੇ ਚੋਂ ਰਾਜੀ ਤੂੰ ਪਲਕਾਂ ਦੇ ਪੱਖੇ ਝੱਲਦੇ ਰਹਿ ਗਏ ਅਸੀਂ ਦਿਲ ਦੇ ਤਖਤ ਨਮਾਜ਼ੀ ਬੇਦਖਲ ਸਲਾਣੇ ਵਾਲਾ ਕੀਤਾ ਹਾਏ ਦਿਲ ਆਪਣੇ ਚੋਂ ਰਾਜੀ ਜ਼ੋਰਾਂ ਵਰਾਂ ਨੇ ਦੱਬ ਲਈ ਤੂੰ ਜ਼ੋਰਾਂ ਵਰਾਂ ਨੇ ਦੱਬ ਲਈ ਤੂੰ ਮਾਰਿਆਂ ਦੀ ਏ ਜਗੀਰੇ ਗੈਰਾਂ ਦੀ ਮਹਿਲੀ ਸਜ ਗਈਏ ਤੂੰ ਹੁਸਨ ਦੀਏ ਤਸਵੀਰੇ ਗੈਰਾਂ ਦੀ ਮਹਿਲੀ ਸਜ ਗਈਏ ਤੂੰ ਹੁਸਨ ਦੀਏ ਤਸਵੀਰੇ ਗੈਰਾਂ ਦੀ ਮਹਿਲੀ ਸਜ ਗਈਏ ਤੂੰ ਹੁਸਨ ਦੀਏ ਤਸਵੀਰੇ ਵਿਪਿਨ ਸਿੱਖਦੇ ਹੋ ਤੁਸੀਂ? ਹਾਂਜੀ। ਕੀ ਗਾਣਾ ਤੁਹਾਨੂੰ ਵੈਸੇ ਅੱਛਾ ਲੱਗਦਾ, ਕਿਸ ਤਰ੍ਹਾਂ ਦਾ ਗਾਣਾ? ਮੈਨੂੰ ਹਰ ਇੱਕ ਤਰ੍ਹਾਂ ਦਾ ਮੈਮ ਗਾਣਾ ਅੱਛਾ ਲੱਗਦਾ ਜੀ। ਹਰ ਤਰ੍ਹਾਂ ਦਾ? ਫੇਵਰੇਟ ਫੇਵਰੇਟ ਕੀ ਹੈਗੇ? ਫੇਵਰੇਟ ਪਾਕਿਸਤਾਨੀ। ਪਾਕਿਸਤਾਨੀ? ਹਾਂਜੀ। ਕਿੱਥੇ ਉਹਨਾਂ 'ਚੋਂ ਕਿਹਨਾਂ ਨੂੰ ਸੁਣਦੇ ਹੋ? ਉਹਨਾਂ 'ਚੋਂ ਨੁਸਰਤ ਸਾਹਿਬ। ਅੱਛਾ। ਬਾਕੀ ਨੂਰਜਹਾਂ ਜੀ, ਹੁਸੈਨ ਬਖਸ਼ ਜੀ। ਅੱਛਾ। ਘਬਰਾਏ ਹੋਏ ਹੋ ਥੋੜ੍ਹਾ, ਬਹੁਤ ਜ਼ਿਆਦਾ ਹਿੱਲ ਰਹੇ ਹੋ। ਘਬਰਾਓ ਨਹੀਂ, ਬਿਲਕੁਲ ਨਹੀਂ ਘਬਰਾਉਣਾ। ਸਭ ਤੋਂ ਜ਼ਰੂਰੀ ਗੱਲ ਇਹ ਆ ਕਿ ਡਰਨਾ ਨਹੀਂ। ਵੀ ਆਰ ਫਰੈਂਡਸ, ਦੋਸਤ ਮਿੱਤਰ ਭਰਾ ਆ, ਠੀਕ ਹੈ? ਤੁਸੀਂ ਬਹੁਤ ਅੱਛਾ ਗਾ ਰਹੇ ਹੋ, ਡਰਨਾ ਨਹੀਂ, ਘਬਰਾਉਣਾ ਨਹੀਂ। ਔਰ ਤੁਸੀਂ ਤਾਂ ਵੈਸੇ ਵੀ ਆਪਣੇ ਰੰਗ ਦੇ ਪੱਕੇ ਹੋ, ਰੰਗ 'ਚ ਰਹਿਣਾ ਆਪਣੇ। ਠੀਕ, ਸ਼ਾਬਾਸ਼, ਥੈਂਕ ਯੂ। ਸੁਰ ਬਹੁਤ ਗੜਬੜ ਕਰ ਰਹੇ ਹੋ ਤੁਸੀਂ, ਅਗਲੇ 3 ਰਾਊਂਡਸ ਬਾਕੀ ਨੇ ਹਾਲੇ। ਆਈ ਹੋਪ ਕਿ ਤੁਸੀਂ ਉਸ ਚੀਜ਼ ਨੂੰ ਸਮਝੋਗੇ ਅਤੇ ਸੰਭਾਲੋਗੇ। ਯੈਸ ਸਰ। ਪੱਕਾ? ਯੈਸ ਸਰ। ਚਲੋ। ਇਹ ਸੀ ਸਾਡੇ ਲਾਸਟ ਕੰਪੀਟੀਟਰ ਔਰ ਇਸ ਦੇ ਨਾਲ ਹੀ ਸਾਡਾ ਇਹ ਰਾਊਂਡ ਇੱਥੇ ਖਤਮ ਹੁੰਦਾ ਔਰ ਇਸ ਦੇ ਨਾਲ ਹੀ ਸ਼ੁਰੂ ਕਰਦੇ ਆਪਣਾ ਫੋਕ 'ਮਿਊਜ਼ਿਕ ਰਾਊਂਡ, ਜਿਹਦੇ ਵਿੱਚ ਪੰਜਾਬ ਦਾ ਰੰਗ ਸਾਡੇ ਪਾਰਟੀਸੀਪੈਂਟਸ ਜੱਜਿਸ ਨੂੰ ਸੁਣਾਉਣਗੇ ਔਰ ਇਸ ਦੇ ਨਾਲ ਹੀ ਪਹਿਲਾ ਸੱਦਾ ਮਾਸ਼ਾ ਅਲੀ ਨੂੰ। ਆ
ਸਾਡਾ ਦਿਲ ਸਾਫ ਮਾਇਆ ਵੇ ਤੇਰੇ ਦਿਲ ਦੀਆਂ ਰੱਬ ਜਾਣੇ ਬਾਗਾਂ ਵਿੱਚ ਮੋਰਾ ਗਏ ਬਾਗਾਂ ਵਿੱਚ ਮੋਰਾ ਗਏ ਮਾਹੀ ਤੇ ਮੈਂ ਦੁੱਖ ਵੰਡੇ ਤੇ ਸਾਡੇ ਹਿੱਸੇ ਵਿੱਚ ਢੇਰ ਆ ਗਏ ਕੋਠੇ ਤੇ ਕਿਲ ਮਾਇਆ ਸੋਹਣਿਆ ਵੇਖੋ ਠੇ ਤੇ ਕਿਲ ਮਾਇਆ ਲੋਕਾਂ ਦੀਆਂ ਰੋਣ ਅੱਖੀਆਂ ਲੋਕਾਂ ਦੀਆਂ ਰੋਣ ਅੱਖੀਆਂ ਥੋੜੀ ਵਗਦੀ ਏ ਸੋਹਣਿਆ ਹਾਏ ਓ ਨਦੀ ਥੋੜੀ ਥੋੜੀ ਵਗਦੀ ਏ ਆ ਚੀਰੇ ਵਾਲੀ ਪੱਗ ਸੋਹਣਿਆ ਹਾਏ ਚੀਰੇ ਵਾਲੀ ਪੱਗ ਸੋਹਣਿਆ ਵੇ ਸਨ ਬੜੀ ਸੋਹਣੀ ਲੱਗ ਬੜੀ ਸੋਹਣੀ ਲੱਗਦੀ ਏ ਬਹੁਤ ਅੱਛੇ ਬਹੁਤ ਅੱਛੇ ਇਹ ਕਿੱਥੇ ਸੁਣਿਆ ਮੈਂ ਯੂਥ ਫੈਸਟੀਵਲ ਚ ਗਿਆ ਸੀ ਮੈਂ ਕੀ ਯੂਥ ਫੈਸਟੀਵਲ ਸਿੱਖਿਆ ਸੀ ਕਿਸੇ ਕੋ ਸਰ ਸੀ ਭਾਰਤੀ ਸਰ ਮਿਲ ਕੁੜਲੀ ਤੋਂ ਹੀ ਤੁਸੀਂ ਵੈਸੇ ਸਿੱਖਦੇ ਹੋ ਹਾਂਜੀ ਮੇਰੇ ਬ੍ਰਦਰ ਨੇ ਉਹ ਸੁਰਿੰਦਰ ਖਾਨ ਬ੍ਰਦਰ ਨੇ ਮੇਰੀ ਅੱਛਾ ਜੀ ਉਹਨਾਂ ਤੋਂ ਸਿੱਖਦੇ ਹੋ ਕਿੱਥੇ ਰਹਿੰਦੇ ਰਾਮਪੁਰਾ ਹੀ ਰਾਮਪੁਰਾ ਬਹੁਤ ਅੱਛੇ ਜਦੋਂ ਹੋ ਗਈ ਮੇਰੀ ਡੋਲੀ ਮੈਂ ਅੱਖੀਆਂ ਤੋਲੇ ਜਦੋਂ ਹੋ ਗਈ ਮੇਰੀ ਡੋਲੀ ਮੈਂ ਅੱਖੀਆਂ ਤੋਲੇ ਪਿੱਛੋਂ ਵੇਖ ਵੇਖ ਰੋਵੀ ਪਿੱਛੋਂ ਵੇਖ ਵੇਖ ਰੋਵੀ ਮੇਰੇ ਗੁੱਡੀਆਂ ਪਟੋਲੇ ਪਿੱਛੋਂ ਵੇਖ ਵੇਖ ਰੋਵੀ ਮੇਰੇ ਗੁੱਡੀਆਂ ਪਟੋਲੇ ਗਲੇ ਲੱਗ ਕੇ ਬਾਪੂ ਦੇ ਰੋਲੋ ਵਿੱਚ ਗਏ ਕਲੀੜੇ ਗਲੇ ਲੱਗ ਕੇ ਬਾਪੂ ਦੇ ਰੋਲੋ ਵਿੱਚ ਗਏ ਕਲੀੜੇ ਮੈਨੂੰ ਡੋਲੀ ਚ ਬਿਠਾ ਕੇ ਤਾਂ ਮਾਰ ਰੋਏ ਮੈਨੂੰ ਡੋਲੀ ਚ ਬਿਠਾ ਕੇ ਤਾਂ ਮਾਰ ਰੋਏ ਬੈਠੀ ਗੁੰਮ ਮਾਕਾ ਤੋਂ ਕੁਝ ਮੂੰਹ ਕਿਉਂ ਨਾ ਬੋਲੇ ਬੈਠੀ ਗੁੰਮ ਮਾਕਾ ਤੋਂ ਕੁਝ ਮੂੰਹ ਕਿਉਂ ਨਾ ਬੋਲੇ
ਪਿੱਛੋਂ ਵੇਖ ਵੇਖ ਦੋਵੀਂ ਮੇਰੇ ਗੁੱਡੀਆਂ ਪਟੋਲੇ ਪਿੱਛੋਂ ਵੇਖ ਵੇਖ ਦੋਵੀਂ ਮੇਰੇ ਗੁੱਡੀਆਂ ਪਟੋਲੇ। ਰਣਵੀਰ ਬਹੁਤ ਅੱਛਾ ਗਾਉਂਦੇ ਹੋ, ਲੇਕਿਨ ਇਹ ਫੋਕ ਕਿੱਥੋਂ ਸੁਣਿਆ ਤੁਸੀਂ? ਕੈਸਟ ਸੁਣੀ ਹੈ ਜੀ। ਇਹ ਤਾਂ ਗੀਤ ਹੈ, ਇਹ ਫੋਕ ਤਾਂ ਨਹੀਂ ਹੈ। ਇਹ ਲੋਕ ਗੀਤ ਨਹੀਂ ਹੈ, ਫੋਕ ਨਹੀਂ ਹੈ, ਗੀਤ ਹੈ। ਬਹੁਤ ਅੱਛਾ ਗੀਤ ਹੈ, ਗਾ ਵੀ ਤੁਸੀਂ ਠੀਕ ਰਹੇ ਹੈ। ਜਿਨ੍ਹਾਂ ਨੇ ਗਾਇਆ ਉਹਨਾਂ ਨੇ ਇਸ ਤੋਂ ਵੀ ਠੀਕ ਗਾਇਆ। ਸੋ ਇਹ ਧਿਆਨ ਰੱਖੋ ਕਿ ਜਿਹੜਾ ਰਾਊਂਡ ਹੈ, ਜੇ ਨਹੀਂ ਤੁਹਾਨੂੰ ਪਤਾ ਤਾਂ ਪੁੱਛ ਲਓ ਕਿਸੇ ਨੂੰ ਪਹਿਲੇ ਹੀ ਇੱਥੇ ਇਸ ਸਟੇਜ 'ਤੇ ਆਉਣ ਤੋਂ ਪਹਿਲੇ। ਠੀਕ ਹੈ, ਧੰਨਵਾਦ। ਪੱਠਿਆਂ ਵਿੱਚ ਛੇਲੀਏ, ਪੱਠਿਆਂ ਵਿੱਚ ਛੇਲੀਏ, ਮਿੱਠੀਏ ਜ਼ੁਬਾਨ ਦੀਏ, ਤੇਰਾ ਹੈ ਕੋਈ ਬੇਲੀਏ, ਮਿੱਠੀਏ ਜ਼ੁਬਾਨ ਦੀਏ, ਤੇਰਾ ਕੋਈ ਬੇਲੀਏ, ਮਿੱਠੀਏ ਜ਼ੁਬਾਨ ਦੀਏ। ਪਾਣੀ ਛੰਨੇ ਵਿੱਚੋਂ ਪੀਤਾ, ਪਾਣੀ ਛੰਨੇ ਵਿੱਚੋਂ ਕਾਂ ਪੀਤਾ, ਤੇਰੇ ਵਿੱਚੋਂ ਰੱਬ ਦਿਸਿਆ, ਸਜਦਾ ਤਾਂ ਕੀਤਾ, ਤੇਰੇ ਵਿੱਚੋਂ ਰੱਬ ਦਿਸਿਆ, ਸਜਦਾ ਮੈਂ ਤਾਂ ਕੀਤਾ, ਤੇਰੇ ਵਿੱਚੋਂ ਰੱਬ ਦਿਸਿਆ। ਲੈ ਦੀ ਕਿਉਂ ਗੜਬੜ ਕਰੀ ਹੈ? ਗੜਬੜ ਹੋਈ ਨਾ ਲੈ ਦੀ, ਥੋੜ੍ਹਾ ਧਿਆਨ ਰੱਖੋ। ਤੁਸੀਂ ਇੰਨਾ ਸੋਹਣਾ ਗਾ ਰਹੇ ਹੋ, ਜੇ ਲੈ ਪੱਕੀ ਨਹੀਂ ਹੋਏਗੀ ਫਿਰ ਸੁਰ ਦਾ ਕੀ ਫਾਇਦਾ? ਵਜ਼ੀਰ, ਜਿਹੜੀ ਤਰਸ ਤੁਸੀਂ ਗਾਈ ਟਿਊਨ, ਹਾਂਜੀ, ਔਰ ਬੋਲ ਗਾਏ ਆ, ਇਹ ਐਕਚੁਲੀ ਫੋਕ ਏ ਆ। ਠੀਕ, ਇਹ ਅੱਛੀ ਗੱਲ ਲੱਗੀ ਹੈ। ਥੈਂਕ ਯੂ। ਲੈ ਦਾ ਖਿਆਲ ਰੱਖੋ ਜਿਵੇਂ ਸਚਿਨ ਸਾਹਿਬ ਨੇ ਕਿਹਾ, ਔਰ ਬਹੁਤ ਮੈਨੂੰ ਖੁਸ਼ੀ ਹੋਈ ਹੈ ਕਿ ਤਰਜ਼ ਤੁਹਾਡੀ ਅਸਲੀ ਹੈ। ਠੀਕ ਹੈ। ਦੰ ਦੰ ਦਾਰਾ ਸਾਡੀ ਗਲੀ ਲੰਘ ਮਾਇਆ, ਦੁੱਖ ਟੁੱਟਣ ਬਿਮਾਰਾਂ ਦੇ, ਇੱਕ ਇਹੋ ਇੱਕ ਦੋ ਪੱਤਰ ਅਨਾਰਾਂ ਦੇ, ਸਾਡੀ ਗਲੀ ਲੰਘ ਸੁਣਿਆ, ਦੁੱਖ ਟੁੱਟਣ ਬਿਮਾਰਾਂ ਦੇ। ਇਹ ਅੱਛੀ ਗੱਲ ਹੈ ਕਿ ਫੋਕ ਤੈਨੂੰ ਯਾਦ ਹੈ, ਅਤੇ ਡਰਨਾ ਨਹੀਂ, ਘਬਰਾਉਣਾ ਨਹੀਂ, ਸੁਰ ਦੇ ਪੱਕੇ ਰਹੋ ਅਤੇ ਲੈ ਦੇ ਪੱਕੇ ਰਹੋ। ਠੀਕ ਹੈ ਜੀ, ਥੈਂਕ ਯੂ। ਕਈ ਕਈ ਜ਼ੋਰ ਸੰਗਤ ਦੇ ਡਿੱਠੇ, ਫਿਰ ਆਪ ਮਿਲਾਂ ਬਿੱਥਾਂ ਪਈਆਂ, ਜਿਨ੍ਹਾਂ ਦੇ ਬਾਅਦ
ਇੱਕ ਪਲ ਨਹੀਂ ਸੀ ਸਰਦਾ ਤੇ ਉਹ ਸ਼ਕਲਾਂ ਯਾਦ ਨਾ ਰਹੀਆਂ ਮੈਂ ਮੇਰੀਏ ਸਾਂਭ ਲੈ ਗੁੱਡੀਆਂ ਪਟੋਲੀ ਮੈਂ ਮੇਰੀਏ ਸਾਂਭ ਲੈ ਗੁੱਡੀਆਂ ਪਟੋਲੀ ਮੈਂ ਮੇਰੀਏ ਸਾਂਭ ਲੈ ਗੁੱਡੀਆਂ ਪਟੋਲੀ ਪਿੱਛੋਂ ਵੇਖ ਵੇਖ ਰੋਵੀ ਮੇਰੇ ਵੇਖ ਵੇਖ ਰੋਵੀ ਮੇਰੇ ਨਿੱਕੇ ਨਿੱਕੇ ਚੋਲੇ ਮੈਂ ਮੇਰੀਏ ਸਾਂਭ ਲੈ ਗੁੱਡੀਆਂ ਪਟੋਲੀ ਨੀ ਮੈਂ ਮੇਰੀਏ ਸਾਂਭ ਲੈ ਗੁੱਡੀਆਂ ਪਟੋਲੇ ਕੜੀ ਪਲ ਦੀ ਪਰੋਣੀ ਮੈਂ ਪੈ ਗਏ ਵਿਛੋੜੇ ਅਜੇ ਲੱਥੀਆਂ ਨਾਰੀ ਜਾਂ ਉਤੋਂ ਦਿਨ ਰਹਿ ਗਏ ਥੋੜੇ ਕੜੀ ਪਲ ਦੀ ਪਰੋਣੀ ਮੈਂ ਪੈ ਗਏ ਵਿਛੋੜੇ ਹਜੇ ਲੱਥੀਆਂ ਨਾਰੀ ਜਾਂ ਉਤੋਂ ਦਿਨ ਰਹਿ ਗਏ ਥੋੜੇ ਹਜੇ ਰਜ ਰਜ ਤੇਰੇ ਨਾਲ ਰਜ ਰਜ ਤੇਰੇ ਨਾਲ ਰਜ ਰਜ ਤੇਰੇ ਨਾਲ ਦੁੱਖ ਬਿਨਾ ਬੋਲੇ ਮੈਂ ਮੇਰੀਏ ਸਾਂਭ ਲੈ ਗੁੱਡੀਆਂ ਪਟੋਲੀ ਨੀ ਮੈਂ ਮੇਰੀਏ ਸਾਂਭ ਲੈ ਗੁੱਡੀਆਂ ਪਟੋਲੀ ਨੀ ਮੈਂ ਮੇਰੀਏ ਨੀ ਸਾਂਭ ਲੈ ਗੁੱਡੀਆਂ ਫੋਕ ਕਿੱਥੇ ਸੁਣਿਆ ਸੀ ਮੈਂ ਮੈਂ ਕੈਸਟ ਚੋਂ ਸੁਣਿਆ ਸੀ ਕਿਹਦਾ ਗਾਇਆ ਹੋਇਆ ਨਜ਼ਾਕਤ ਅਲੀ ਦਾ ਜੀ ਇਹ ਫੋਕ ਨਹੀਂ ਹੈ ਬੇਟੇ ਇਹ ਗੀਤ ਹੈ ਕਿਸੇ ਦਾ ਲਿਖਿਆ ਹੋਇਆ ਕਿਸੇ ਸ਼ਾਇਰ ਦਾ ਕਿਸੇ ਜੀਂਦੇ ਬੰਦੇ ਨੂੰ ਵੀ ਸੁਣੋ ਕੈਸਟ ਜਿਹੜੀ ਹੈ ਨਾ ਜੀ ਹਾਂਜੀ ਉਹ ਇੱਕ ਦਸਤਾਵੇਜ਼ ਬਣ ਜਾਂਦੀ ਹੈ ਜੀਂਦੇ ਬੰਦੇ ਤੋਂ ਪੁੱਛੋ ਫੋਕ ਕੀ ਆ ਲੋਕ ਗੀਤ ਕੀ ਹੁੰਦੇ ਤਾਂ ਸਾਡੇ ਲੋਕ ਵਿਰਸਾ ਕੀ ਆ ਚੰਗਾ ਭਲਾ ਗਾਉਣ ਦੇ ਬਾਵਜੂਦ ਤੁਸੀਂ ਇਹ ਥੋੜ੍ਹੀ ਜਿਹੀ ਅਲਗਰਜ਼ੀ ਕਹਿ ਲਓ ਹਾਂਜੀ ਜੇ ਗਲਤੀ ਨਹੀਂ ਕਹਿਣੀ ਵੈਸੇ ਤਾਂ ਗਲਤੀ ਹੈ ਬਹੁਤ ਵੱਡੀ ਗਲਤੀ ਹੈ ਕਿ ਪੰਜਾਬੀਆਂ ਨੂੰ ਆਪਣੇ ਫੋਕ ਔਰ ਲੋਕ ਰੰਗ ਦਾ ਹੀ ਨਹੀਂ ਪਤਾ ਅਤੇ ਜਿੱਦਾਂ ਤੁਸੀਂ ਸਾਂਭ ਲੈ ਵੀ ਕਿਹਾ ਉਹ ਵੀ ਆਪਣੀ ਮਾਂ ਨੂੰ ਤੁਸੀਂ ਰਿਕੁਐਸਟ ਕਰਨੀ ਹੁੰਦੀ ਹੈ ਮਾਂ 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 ਕਿੱਦਾਂ ਕਿਹਾ ਸੀ ਸਾਂਭ ਲੈ ਇਲਤਜਾ ਹੋਣੀ ਚਾਹੀਦੀ ਗਾਣੇ 'ਚ ਮੈਂ ਕਹਿਣਾ ਇਹ ਚਾਹੁੰਦਾ ਕਿ ਸੁਰ ਵਿੱਚ ਵੀ ਅਦਬ ਰੱਖੋ ਔਰ ਇਹਦੀ ਤਾਲੀਮ ਵੀ ਲਓ ਫੋਕ ਬੜੀ ਅਫਸੋਸ ਦੀ ਗੱਲ ਕਿ ਫੋਕ ਮਿਊਜ਼ਿਕ ਰਾਊਂਡ ਦੇ ਵਿੱਚ ਜੋ ਕਿ ਸਭ ਤੋਂ ਸੌਖਾ ਰਾਊਂਡ ਮੰਨਿਆ ਜਾਣਾ ਚਾਹੀਦਾ ਕਿਉਂਕਿ ਪੰਜਾਬੀ ਹਾਂ ਅਸੀਂ ਔਰ ਪੰਜਾਬੀ ਜ਼ੁਬਾਨ ਦੀ ਤਰਜਮਾਨੀ ਕਰਦੇ ਹਾਂ ਔਰ ਪੰਜਾਬ ਦੀ ਮਿੱਟੀ ਦੀ ਗੱਲ ਇਸ ਰਾਊਂਡ ਦੇ ਵਿੱਚ ਸਭ ਫਨਕਾਰਾਂ ਨੇ ਕਰਨੀ ਹੈ ਪਰ ਸਭ ਤੋਂ ਜ਼ਿਆਦਾ ਡਿਸਅਪੁਆਇੰਟਮੈਂਟ ਜਿਊਰੀ ਮੈਂਬਰਸ ਨੂੰ ਫੋਕ ਮਿਊਜ਼ਿਕ ਰਾਊਂਡ ਦੇ ਵਿੱਚ ਹੋਈ ਹੈ ਔਰ ਇਹ ਉਹ ਰਾਊਂਡ
ਜਿਹਦੇ ਵਿੱਚ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਮਸਤੀ ਵਾਲਾ ਰਾਊਂਡ ਆ, ਮੂਡ ਵਾਲਾ ਰਾਊਂਡ ਹੈ, ਕਿਉਂਕਿ ਇਸ ਰਾਊਂਡ ਦੇ ਵਿੱਚ ਗਾਣੇ ਜਿਹੜੇ ਨੇ ਉਹ ਵੀ ਬੜੇ ਮੂਡ ਵਾਲੇ ਸੁਣਾਏ ਜਾਣਗੇ। ਸੋ ਇਸ ਦੇ ਨਾਲ ਪਾਪੂਲਰ ਮਿਊਜ਼ਿਕ ਰਾਊਂਡ ਦੇ ਵਿੱਚ ਸਾਡੇ ਪਹਿਲੇ ਪਾਰਟੀਸੀਪੈਂਟ ਨੇ ਮਾਸ਼ਾ ਅਲੀ। ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ, ਪਿੰਡ ਵਿੱਚ ਮੁੰਡਿਆਂ ਦਾ ਵੈਰ ਪੈ ਗਿਆ। ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ, ਪਿੰਡ ਵਿੱਚ ਮੁੰਡਿਆਂ ਦਾ ਵੈਰ ਪੈ ਗਿਆ। ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ, ਪਿੰਡ ਵਿੱਚ ਮੁੰਡਿਆਂ ਦਾ ਵੈਰ ਪੈ ਗਿਆ। ਅੱਖ ਦੇ ਇਸ਼ਾਰੇ ਨਾਲ ਦਿਲ ਕੱਢਣਾ, ਅੱਖ ਦੇ ਇਸ਼ਾਰੇ ਨਾਲ ਦਿਲ ਕੱਢਣਾ, ਹੁਸਨ ਜਵਾਨੀ ਵਾਲਾ ਕਹਿਰ ਪੈ ਗਿਆ। ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ, ਪਿੰਡ ਵਿੱਚ ਮੁੰਡਿਆਂ ਦਾ ਵੈਰ ਪੈ ਗਿਆ। ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ, ਪਿੰਡ ਵਿੱਚ ਮੁੰਡਿਆਂ ਦਾ ਵੈਰ ਪੈ ਗਿਆ। ਜਿਸ ਜਿਸ ਨਾਲ ਵੀ ਉਹ ਹੈ, ਜਿਸ ਜਿਸ ਨਾਲ ਵੀ ਮਲਾਉਂਦੀ ਰਹੀ ਅੱਖੀਆਂ, ਜਾਗਦਾ ਰਿਹਾ ਉਹ ਮੁੰਡਾ ਸਾਰੀ ਸਾਰੀ ਰੱਤੀਆਂ। ਜਿਸ ਨਾਲ ਵੀ ਮਲਾਉਂਦੀ ਰਹੀ ਅੱਖੀਆਂ, ਜਾਗਦਾ ਰਿਹਾ ਉਹ ਮੁੰਡਾ ਸਾਰੀ ਸਾਰੀ ਰੱਤੀਆਂ। ਲੱਖਾਂ ਯਾਰ ਮਾਨ ਲੈ ਕੇ ਫਿਰਦੇ ਰਹੇ, ਲੱਖਾਂ ਯਾਰ ਮਾਨ ਲੈ ਕੇ ਫਿਰਦੇ ਰਹੇ, ਨੀਂਦਰਾਂ ਚ ਰੱਖ ਕੇ ਕੋਈ ਗੈਰ ਲੈ ਗਿਆ। ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ, ਪਿੰਡ ਵਿੱਚ ਮੁੰਡਿਆਂ ਦਾ ਵੈਰ ਪੈ ਗਿਆ। ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ, ਪਿੰਡ ਵਿੱਚ ਮੁੰਡਿਆਂ ਦਾ ਵੈਰ ਪੈ ਗਿਆ। ਤੁਹਾਡੀ ਆਵਾਜ਼ ਦੇ ਹਿਸਾਬ ਨਾਲ ਇਹ ਗਾਣਾ ਸੂਟੇਬਲ ਨਹੀਂ ਸੀ। ਜੇ ਤੁਹਾਡੀ ਵੋਇਸ ਕੁਆਲਿਟੀ ਜੱਸੀ ਜੀ ਵਰਗੀ ਹੁੰਦੀ ਨਾ, ਸੋਫਟ, ਫਿਰ ਜ਼ਿਆਦਾ ਸੂਟ ਕਰਨਾ ਸੀ। ਗਾਇਆ ਤੁਸੀਂ ਅੱਛਾ ਹੈ, ਤੁਹਾਡੇ ਗਾਣੇ 'ਚ ਖਰਾਬੀ ਨਹੀਂ ਹੈ, ਪਰ ਇੱਕ ਚੀਜ਼ ਹੁੰਦੀ ਨਾ ਜੋ ਆਪਣੇ ਗਲੇ ਨੂੰ ਸੂਟ ਕਰਦੀ ਹੈ। ਦਿਲ ਲੈ ਗਏ ਕੁੜੀ ਗੁਜਰਾਤ ਦੀ ਗਾ ਦਿੰਦੇ, ਜਾਂ ਦੂਸਰਾ ਗਾ ਦਿੰਦੇ ਇੱਕ ਹੋਰ ਸੀ, ਇੱਕ ਤਾਰਾ ਵੱਜਦਾ ਹੈ ਜੇ ਜੱਸੀ ਦਾ ਗਾਣਾ। ਪਰ ਜ਼ਰਾ ਮੁਸਕਰਾਓ, ਟੈਨਸ਼ਨ 'ਚ ਨਹੀਂ ਆਉਣਾ, ਮਾਯੂਸ ਨਹੀਂ ਹੋਣਾ, ਮਾਯੂਸ ਨਹੀਂ ਹੋਣਾ, ਅਸੀਂ ਨੁਕਸ ਨਹੀਂ ਕੱਢ ਰਹੇ, ਅਸੀਂ ਸੁਝਾਅ ਦੇ ਰਹੇ ਹਾਂ, ਸਾਡੀ ਆਪਣੀ ਪਰਸਨਲ ਫੀਲਿੰਗ ਹੈ, ਮੇਰੀ ਆਪਣੀ। ਥੈਂਕ ਯੂ, ਗਲਤੀ ਆਈ। ਨਕਰਾ ਜਨਾਬ ਦਾ ਹੁਸਨ ਪੰਜਾਬ ਦਾ, ਨਕਰਾ ਜਨਾਬ ਦਾ ਹੁਸਨ ਪੰਜਾਬ ਦਾ, ਹੁਸਨ ਪੰਜਾਬ ਦਾ ਨਕਰਾ ਜਨਾਬ ਦਾ। ਸਾਰੇ ਪਿੰਡ ਨੂੰ ਹਾਏ ਨੀ, ਸਾਰੇ ਪਿੰਡ ਨੂੰ, ਸਾਰੇ ਪਿੰਡ ਨੂੰ ਹੀ ਮਿੰਟ 'ਚ ਉਡਾਰ ਸੁੱਟਿਆ ਨੀ, ਤੇਰੀ ਅੱਖ ਨੇ ਗੋਰੀਏ, ਅੱਖ ਨੇ ਗੋਰੀਏ, ਨਕਰਾ ਦੁਪੱਟਾ ਤੇਰਾ ਸਾਰ ਸੁੱਟਿਆ ਨੀ, ਤੇਰੀ ਅੱਖ ਨੇ ਗੋਰੀਏ, ਨਕਰਾ ਦੁਪੱਟਾ ਤੇਰਾ ਸਾਰ ਸੁੱਟਿਆ ਨੀ, ਤੇਰੀ ਅੱਖ ਨੇ ਗੋਰੀਏ। ਸਖੀਆਂ ਤੋਂ ਜਾਣ ਕੇ ਸ਼ਰਾਰਤਾਂ ਕਰਾਉਂਦੀ ਏ, ਸ਼ਰਾਰਤਾਂ ਕਰਾਉਂਦੀ ਏ, ਦਿਲ ਦੇ ਮਰੀਜ਼ਾਂ ਨੂੰ ਬੁਝਾਰਤਾਂ ਤੂੰ ਪਾਉਂਦੀ ਏ, ਬੁਝਾਰਤਾਂ ਤੂੰ ਪਾਉਂਦੀ ਏ। ਸਖੀਆਂ ਤੋਂ ਜਾਣ ਕੇ ਸ਼ਰਾਰਤਾਂ ਕਰਾਉਂਦੀ ਏ, ਦਿਲ ਦੇ ਮਰੀਜ਼ਾਂ ਨੂੰ ਬੁਝਾਰਤਾਂ ਤੂੰ ਪਾਉਂਦੀ ਏ,
ਅਸੀਂ ਪਹਿਲਾਂ ਹੀ ਹੋਏ ਨੀ ਅਸੀਂ ਪਹਿਲਾਂ ਹੀ ਅਸੀਂ ਪਹਿਲਾਂ ਹੀ ਗਰੀਬਾਂ ਪੱਲਾ ਠਾਰ ਸੁੱਟਿਆ ਨੀ ਤੇਰੀ ਅੱਖ ਨੇ ਗੋਰੀਏ ਰੰਗਲਾ ਦੁਪੱਟਾ ਤੇਰਾ ਸਾਰ ਸੁੱਟਿਆ ਨੀ ਤੇਰੀ ਅੱਖ ਨੇ ਗੋਰੀਏ ਰੰਗਲਾ ਦੁਪੱਟਾ ਤੇਰਾ ਸਾਰ ਸੁੱਟਿਆ ਨੀ ਤੇਰੀ ਅੱਖ ਨੇ ਗੋਰੀਏ ਜਾ ਮਨ ਛੱਡਿਆ ਤੈਨੂੰ ਵੈਰੀ ਗੁੱਡ ਤੇਰੇ ਚਿਹਰੇ ਤੋਂ ਲੱਗਦਾ ਨਹੀਂ ਸੀ ਕਿ ਆਏਗਾ ਤੂੰ ਇੱਦਾਂ ਇਹ ਰੂਪ ਹੋਏਗਾ ਬਹੁਤ ਅੱਛਾ ਵੈਰੀ ਗੁੱਡ ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ ਨੈਣੋ ਮੈਂ ਕਿਸੀ ਕੇ ਖੋ ਗਿਆ ਓਏ ਕੀ ਕਰੀਏ ਕੀ ਕਰੀਏ ਨੈਣੋ ਮੈਂ ਕਿਸੀ ਕੇ ਖੋ ਗਿਆ ਕੀ ਕਰੀਏ ਕੀ ਕਰੀਏ ਓ ਮੈਡਮ ਤੇਰੀ ਚਾਲ ਤੇਰੇ ਸਿਲਕੀ ਸਿਲਕੀ ਬਾਲ ਅਬ ਮੈਂ ਇਸੇ ਜ਼ਿਆਦਾ ਕਿਆ ਕਹੂੰ ਮੈਂ ਨਸ਼ੇ ਮੈਂ ਚੱਲੀ ਹੋ ਗਿਆ ਓਏ ਕੀ ਕਰੀਏ ਕੀ ਕਰੀਏ ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ ਪਹਿਲਾਂ ਹੀ ਕਿਹੜੀ ਘੱਟ ਸੀ ਜਿਹੜੀ ਮੁਖੜੇ ਉੱਤੇ ਲੱਗ ਸੀ ਦੂਜਾ ਏ ਮਸਤ ਅਦਾਵਾਂ ਮੈਂ ਕਿਹੜੇ ਪਾਸੇ ਜਾਵਾਂ ਪਹਿਲਾਂ ਹੀ ਕਿਹੜੀ ਘੱਟ ਸੀ ਜਿਹੜੀ ਮੁਖੜੇ ਉੱਤੇ ਲੱਗ ਸੀ ਦੂਜਾ ਏ ਮਸਤ ਅਦਾਵਾਂ ਮੈਂ ਕਿਹੜੇ ਪਾਸੇ ਜਾਵਾਂ ਨੈਲੇ ਤੇ ਦਹਿਲਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ ਦਿਲ ਚੋਰੀ ਸਾਡਾ ਹੋ ਗਿਆ ਕੀ ਕਰੀਏ ਕੀ ਕਰੀਏ ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ ਦਿਲ ਚੋਰੀ ਸਾਡਾ ਹੋ ਗਿਆ ਕੀ ਕਰੀਏ ਕੀ ਕਰੀਏ ਇੰਨਾ ਸੋਹਣੇ ਆਰਟਿਸਟ ਦਾ ਇੰਨਾ ਅੱਛਾ ਗਾਣਾ ਲਿਆ ਔਰ ਉਹ ਗਾਣੇ ਨੂੰ ਉਹਦੇ ਵਿੱਚ ਨਾ ਗਾਣੇ ਵਿੱਚ ਜਾਨ ਆਈ ਤੇ ਕੀ ਕਰੀਏ ਕੀ ਕਰੀਏ ਤੇ ਇੱਦਾਂ ਹੋ ਗਿਆ ਕਿ ਬਿਲਕੁਲ ਆਪਾਂ ਕੀ ਕਰੀਏ ਗੱਲ ਦਾ ਮਜ਼ਾ ਹੀ ਨਹੀਂ ਆਇਆ ਉਹ ਆਰਟਿਸਟ ਵੀ ਇੰਨਾ ਦੇਖੋ ਜਾਨਦਾਰ ਗਾਉਣ ਵਾਲਾ ਆਰਟਿਸਟ ਔਰ ਦਿਖਣ ਵਾਲਾ ਵੀ ਬੜਾ ਸੋਹਣਾ ਆਰਟਿਸਟ ਮੇਰੇ ਖੱਬੇ ਬੈਠਾ ਹੈ ਅਤੇ ਤੁਸੀਂ ਉਸ ਆਰਟਿਸਟ ਦੇ ਗਾਣੇ ਨੂੰ ਜਸਟਿਸ ਨਹੀਂ ਕੀਤਾ ਵਜ਼ੀਰ ਤੁਸੀਂ ਵੀਡੀਓ ਦੇਖਿਆ ਹੋਣਾ ਗਾਣੇ ਦਾ ਮੇਰੇ ਖਿਆਲ ਇਸ ਲਈ ਕਹਿ ਰਹੇ ਕਿਉਂਕਿ ਸਰ ਸਾਡੇ ਨਾਲ ਬੈਠੇ ਹੈ ਅਤੇ ਐਨਰਜੀ ਦੇਖੀ ਸੀ ਤੁਸੀਂ ਗਾਣੇ ਦੇ ਅੰਦਰ ਵਾਇਲ ਪਰਫੋਰਮਿੰਗ ਗਾਇਆ ਤਾਂ ਬਹੁਤ ਹੀ ਅੱਛਾ ਸੀ ਪਰ ਜੋ ਪਰਫੋਰਮੈਂਸ ਸੀ ਐਨਰਜੀ ਸੀ ਪਰਫੋਰਮੈਂਸ ਦੇ ਅੰਦਰ ਜੇ ਤੁਸੀਂ ਫੋਲੋ ਕਰਦੇ ਹੋ ਤਾਂ ਹਰ ਇੱਕ ਚੀਜ਼ ਨੂੰ ਫੋਲੋ ਕਰਨਾ ਚਾਹੀਦਾ ਉਹ ਸ਼ਕਤੀ ਉਹ ਊਰਜਾ ਪਰਫੋਰਮੈਂਸ ਦੇ ਅੰਦਰ ਵੀ ਹੋਣੀ ਚਾਹੀਦੀ ਹੈ ਫੀਲਿੰਗ ਹੋਣੀ ਚਾਹੀਦੀ ਹੈ ਉਹ ਗਾਣੇ ਦੇ ਅੰਦਰ ਹਰ ਗਾਣੇ ਨੂੰ ਸੈਡ ਸੌਂਗ ਦੀ ਤਰ੍ਹਾਂ ਨਹੀਂ ਗਾਣਾ ਚਾਹੀਦਾ ਨਾਲ ਦੂਜੀ ਗੱਲ ਐਵੇਂ ਕਿ ਤੁਸੀਂ ਆਇਓ ਤੁਸੀਂ ਸੁਰ ਤੁਹਾਡਾ ਪੱਕਾ ਤੁਹਾਨੂੰ ਸਿੱਧੀ ਤੁਹਾਨੂੰ ਉਸ ਪਾਸੇ ਲੋੜ ਨਹੀਂ ਨਾ ਦੇਖਣ ਦੀ ਤੁਸੀਂ ਆਪਣੇ ਗਾਣੇ ਵੱਲ ਔਰ ਆਪਣੀ ਪਰਫੋਰਮੈਂਸ ਵੱਲ ਧਿਆਨ ਦਿਓ ਜ਼ਿਆਦਾ ਹਰਕਤਾਂ ਵੀ ਇਹਦੇ ਵਿੱਚ ਨਹੀਂ ਸੀ ਚਾਹੀਦੀਆਂ ਤੁਸੀਂ ਕੋਸ਼ਿਸ਼ ਕੀਤੀ ਹੈ ਤੁਸੀਂ ਅਤੀ ਕਰ ਗਏ ਸੀ ਹਰਕਤ ਦੀ ਹੈ ਨਾ ਨਹੀਂ ਚਾਹੀਦੀ ਖੈਰ ਕੋਈ ਨਹੀਂ ਹਾਲੇ ਚੌਥਾ ਰਾਊਂਡ ਪਿਆ ਤੁਸੀਂ ਤਾਂ ਅੱਛਾ ਗਾਉਂਦੇ ਹੋ ਤੁਹਾਨੂੰ ਸਿਰਫ ਦੱਸਿਆ ਕਿ ਜ਼ਰਾ ਐਵੇਂ ਦਾ ਰਾਊਂਡ ਖਾਸ ਕਰਕੇ ਤੁਹਾਡੇ ਵੀ ਇੱਕ ਤਾਂ ਤੁਸੀਂ ਇੰਜੈਕਸ਼ਨ ਲਵਾਓ ਤਾਕਤ ਦੇ ਬਹੁਤ ਜ਼ਿਆਦਾ ਤੁਸੀਂ ਲੱਗਦਾ ਤੁਸੀਂ ਉਹ ਬੈਲਟ ਨੇ ਫੜਿਆ ਹੋਇਆ ਵੈਸੇ ਬੜਾ ਮੁਸ਼ਕਿਲ ਹੈ ਬਹੁਤ ਪਤਲੇ ਹੋ ਬਹੁਤ ਕਮਜ਼ੋਰ ਹੋ ਹੈਂ ਨਹੀਂ ਅੱਛਾ ਅੱਛੇ ਸਿੰਗਰ ਹੋ ਅੱਛੇ ਆਰਟਿਸਟ ਹੋ ਤੁਸੀਂ
ਤੇ ਥੋੜੀ ਜਾਨਦਾਰ ਹੋਣੀ ਚਾਹੀਦੀ ਹੈ, ਜਿੱਦਾਂ ਸਿੰਗਿੰਗ ਜਾਨਦਾਰ ਹੈ ਨਾ, ਆਵਾਜ਼ 'ਚ ਜਾਨ ਜਾਨ ਹੋਣੀ ਚਾਹੀਦੀ ਹੈ। ਇਹਦੇ 'ਚ ਤਾਂ ਬਿਲਕੁਲ ਇੱਦਾਂ ਲੱਗਿਆ ਜਿੱਦਾਂ ਮੈਂ ਕੀ ਕਰਾਂ ਬਈ, ਮੈਂ ਮਰ ਗਿਆ। ਚਲੋ, ਗੋਡ ਬਲੈਸ ਯੂ। ਕੋਈ ਵਜ਼ੀਰ ਰੱਖੋ ਆਪਣੇ ਨਾਲ, ਸਲਾਹ ਸਲੂਹ ਦਿਆ ਕਰੇ ਤੁਹਾਨੂੰ। ਅੱਖ ਨਾਲ ਅੱਖ ਕਹਿਣ ਦੇ, ਹਾਏ ਨੀ ਅੱਖ ਨਾਲ ਅੱਖ ਕਹਿਣ ਦੇ, ਅੱਖ ਨਾਲ ਅੱਖ ਕਹਿਣ ਦੇ, ਹਾਏ ਨੀ ਅੱਖ ਨਾਲ ਅੱਖ ਕਹਿਣ ਦੇ। ਕਾਸ਼ ਨੀ ਦੁਪੱਟੇ ਵਾਲੀ ਏ, ਕਾਸ਼ ਨੀ ਦੁਪੱਟੇ ਵਾਲੀ ਏ, ਸੀਨੇ ਵਿੱਚ ਹਾਏ ਨੀ ਸੀਨੇ ਵਿੱਚ, ਸੀਨੇ ਵਿੱਚ ਠੰਡ ਪੈਣ ਦੇ, ਹਾਏ ਨੀ ਸੀਨੇ ਵਿੱਚ ਠੰਡ ਪੈਣ ਦੇ, ਸੀਨੇ ਵਿੱਚ ਠੰਡ ਪੈਣ ਦੇ, ਹਾਨੀ ਸੀਨੇ ਵਿੱਚ ਠੰਡ ਪੈਣ ਦੇ। ਮੰਨ ਲੈ ਤੂੰ ਗੱਲ ਮੇਰੀ, ਚੰਗੇ ਨਹੀਂ ਓ ਹੁੰਦੇ ਲਾਰੇ, ਆਖਦਾ ਮੈਂ ਤੈਨੂੰ ਵਾਰ ਵਾਰ ਨੀ। ਗੱਲ ਕਿਸੇ ਬੰਨੇ ਲਾ ਦੇ, ਗਾਮੇ ਦੇ ਗਲੇ ਚ ਪਾ ਦੇ, ਗੋਰੀਆਂ ਬਾਵਾਂ ਦਾ ਰਾਣੋ ਹਾਰ ਨੀ। ਗੱਲ ਕਿਸੇ ਬੰਨੇ ਲਾ ਦੇ, ਗਾਮੇ ਦੇ ਗਲੇ ਚ ਪਾ ਦੇ, ਗੋਰੀਆਂ ਬਾਵਾਂ ਦਾ ਰਾਣੋ ਹਾਰ ਨੀ। ਦਿਲ ਦੀਆਂ ਅੱਜ ਕਹਿਣ ਦੇ, ਹਨੀ ਦਿਲ ਦੀਆਂ ਅੱਜ ਕਹਿਣ ਦੇ, ਕਾਸ਼ ਨੀ ਦੁਪੱਟੇ ਵਾਲੀ ਏ, ਕਾਸ਼ ਨੀ ਦੁਪੱਟੇ ਵਾਲੀ ਏ, ਸੀਨੇ ਵਿੱਚ ਹਨੀ ਸੀਨੇ ਵਿੱਚ, ਸੀਨੇ ਵਿੱਚ ਦਿਲ ਧੜਕੇ, ਹਨੀ ਸੀਨੇ ਵਿੱਚ ਦਿਲ ਧੜਕੇ, ਹਨੀ ਸੀਨੇ ਵਿੱਚ ਦਿਲ ਧੜਕੇ। ਕਾਸ਼ ਨੀ ਦੁਪੱਟੇ ਵਾਲੀ। ਦੇਖੋ ਐਨਰਜੈਟਿਕ ਕਿਹੜਾ ਮੁੰਡਾ ਹੈ ਵਿਪਿਨ। ਮੈਨੂੰ ਇੱਦਾਂ ਲੱਗਦਾ ਜਿਵੇਂ ਤੁਸੀਂ ਸਲੀਮ ਨੂੰ ਬਹੁਤ ਫੋਲੋ ਕਰਦੇ ਹੋ। ਨਹੀਂ, ਪਸੰਦ ਕਰਦੇ ਹੋ ਸਲੀਮ ਨੂੰ? ਮੈਂ ਪਸੰਦ ਨਹੀਂ, ਵੈਸੇ ਹੁਣ ਮੈਨੂੰ ਸਾਰੇ ਕਹਿੰਦੇ ਆ ਕਿ ਤੇਰੀ ਸ਼ਕਲ ਸਲੀਮ ਵਰਗੀ ਹੈ, ਤੂੰ ਗਾਣੇ ਵੀ ਸਲੀਮ ਜੀ ਦੇ ਗਾਇਆ ਕਰ। ਪਰ ਇੱਕ ਇੱਕ ਐਡਵਾਈਸ ਮੈਂ ਕਰਦਾ। ਹਾਂਜੀ ਸਰ। ਸਲੀਮ ਵਰਗਾ ਪੱਕਾ ਸੁਰ ਵੀ ਲਗਾਇਆ ਕਰੋ। ਓਕੇ ਸਰ। ਮਜ਼ਾ ਆ ਜਾਏਗਾ। ਤੁਸੀਂ ਡਾਂਸ ਵੀ ਸਲੀਮ ਵਰਗਾ ਕਰਦੇ ਹੋ। ਇਹ ਜਿਹੜਾ ਗਾਣਾ ਗਾਇਆ, ਇਹ ਸੋਲੋ ਗਾਣਾ ਤਾਂ ਨਹੀਂ ਸੀ? ਨਹੀਂ ਸਰ, ਮੈਮ ਦੁਗਾਣਾ ਹੈ। ਕਿਹਦਾ ਗਾਇਆ ਹੋਇਆ? ਸ਼ਾਇਦ ਤੁਸੀਂ ਗਾਏ, ਮੈਨੂੰ ਤਾਂ ਸ਼ਾਇਦ ਗਾਇਆ, ਮੈਂ ਹੀ ਗਾਇਆ ਹੋਇਆ। ਮੈਨੂੰ ਖੁਦ ਬੜਾ ਅਜੀਬ ਜਿਹਾ ਲੱਗਿਆ, ਗਾਣਾ ਸੁਣਿਆ ਹੋਇਆ ਲੱਗਦਾ ਮੈਨੂੰ। ਨਹੀਂ ਮੈਮ, ਤੁਸੀਂ ਹੀ ਗਾਇਆ ਹੋ। ਮੇਰਾ ਵੀ ਤਾਂ ਚਿੱਤ ਕਰਦਾ। ਹਾਂਜੀ ਹਾਂਜੀ, ਮੇਰਾ ਵੀ ਤਾਂ ਚਿੱਤ ਕਰਦਾ। ਹੁਣੇ ਜੋ ਐਲਬਮ ਆਈ ਸੂਹੇ ਚੀਰੇ ਵਾਲਿਆ, ਤਾਂ ਤੁਸੀਂ ਲਫ਼ਜ਼ ਗਾਣੇ ਸੀ, ਉਹ ਵੀ ਮੈਨੂੰ ਪਤਾ ਲੱਗ ਜਾਂਦਾ। ਮੈਨੂੰ ਵੀ ਯਾਦ ਕਰਨ ਦੀ ਕੋਸ਼ਿਸ਼ ਕਰੀ ਸੀ, ਗਾਣਾ ਸੁਣਿਆ ਲੱਗਦਾ ਮੈਨੂੰ। ਓਕੇ, ਥੈਂਕ ਯੂ ਜੀ। ਬਹੁਤ ਅੱਛੇ, ਬਹੁਤ ਅੱਛੇ, ਬੜੀ ਐਨਰਜੈਟਿਕ ਜਸਪਿੰਦਰ ਨਰੂਲਾ ਤੇ ਨਛੱਤਰ ਗਿੱਲ ਦਾ ਗਾਇਆ ਹੋਇਆ, ਇਹ ਬੜਾ ਐਨਰਜੀ ਵਾਲਾ ਤੇ ਬੜਾ ਹੀ ਪੰਜਾਬ ਦਾ ਰੰਗ ਇਸ ਗਾਣੇ ਦੇ ਵਿੱਚ ਝਲਕਦਾ। ਔਰ ਹੁਣ ਅਸੀਂ ਆ ਗਏ ਆਪਣੇ ਉਸ ਰਾਊਂਡ ਦੇ ਵਿੱਚ ਜਿਹਦੇ ਵਿੱਚ ਸਾਡੇ ਜੱਜਿਸ ਨੇ ਆਪਣੀ ਚੋਇਸ ਦੱਸਣੀ ਹੈ ਸਾਡੇ ਫਨਕਾਰਾਂ ਨੂੰ, ਅਤੇ ਉਹਨਾਂ ਨੇ ਇਹਨਾਂ ਦੇ ਰੰਗ ਦੇ ਅਕੋਰਡਿੰਗਲੀ ਆਪਣੇ ਗਾਣੇ ਨੂੰ ਹੋਰ ਰੰਗ ਕੇ ਗਾਣਾ। ਅਤੇ ਸਾਡੇ ਪਹਿਲੇ ਪਾਰਟੀਸੀਪੈਂਟ ਨੇ ਮਾਸ਼ਾ ਅਲੀ। ਮਾਸ਼ਾ ਅਲੀ ਜਿੱਦਾਂ ਪੁਰਾਣੇ ਲੋਕ ਗਾਇਕ ਸਨ, ਲਾਲ ਚੰਦ ਯਮਲਾ ਜੱਟ, ਉਸਤਾਦ ਲਾਲ ਚੰਦ ਯਮਲਾ ਜੱਟ ਜੀ, ਆਸਾ ਸਿੰਘ ਮਸਤਾਨਾ, ਕੁਛ ਢਾਡੀ ਵੀ ਹੋਏ, ਰਟੈਂਡੇ ਵਾਲੇ ਇੱਕ ਹੋਏ ਆ, ਅਮਰ ਸਿੰਘ ਸ਼ੌਂਕੀ ਬੜਾ ਕਮਾਲ ਢਾਡੀ ਹੋਏ, ਜਿਨ੍ਹਾਂ ਦੇ ਹੁਣ ਵੀ ਗਾਣੇ ਗਾਏ ਜਾਂਦੇ।
ਕੋਈ ਉਹ ਗੀਤ ਉਹਨਾਂ ਦਾ ਕੋਈ ਯਾਦ ਹੈ ਇਹਨਾਂ ਕਿਸੇ ਵੀ ਸਿੰਗਰਾਂ 'ਚੋਂ ਕਿਸੇ ਦਾ ਗੀਤ? ਸ਼ੌਂਕੀ ਸਾਹਿਬ ਦਾ, ਅਮਰ ਸਿੰਘ ਸ਼ੌਂਕੀ ਸਾਹਿਬ ਦਾ ਕਿਹੜਾ ਗੀਤ ਹੈ? ਦੁਨੀਆ ਮੇਲੇ ਜਾਂਦੇ ਸੁਣਿਆ? ਵਾਹ ਵਾਹ ਵਾਹ, ਬਹੁਤ ਅੱਛਾ, ਉਹ ਦੁਬਾਰਾ ਪਾਪੂਲਰ ਹੋਇਆ ਸੌਂਗ, ਬਹੁਤ ਅੱਛਾ। ਦੁਨੀਆ ਮੇਲੇ ਜਾਂਦੀ ਹੈ ਸੋਹਣੇ ਆਰ ਸ਼ਿੰਗਾਰ ਲਗਾ ਕੇ, ਸਭ ਸੱਜਣ ਸੱਜਣੀਆਂ ਵੇ ਸੋਹਣਿਆ ਫਿਰਨ ਕੰਗਣੀਆਂ ਪਾ ਕੇ। ਦੁਨੀਆ ਮੇਲੇ ਜਾਂਦੀ ਹੈ ਸੋਹਣੇ ਆਰ ਸ਼ਿੰਗਾਰ ਲਗਾ ਕੇ, ਸਭ ਸੱਜਣ ਸੱਜਣੀਆਂ ਵੇ ਸੋਹਣਿਆ ਫਿਰਨ ਕੰਗਣੀਆਂ ਪਾ ਕੇ। ਚੱਲੀ ਆਪਾਂ ਚੱਲੀਏ ਵੇ ਚਕੋਰੀ ਤੂੰ ਹਰ ਦਮ ਧਿਆਨ ਤਰੀਨ ਤਵੇਰਾ, ਮੈਂ ਤੇਰੀ ਹੋ ਗਈ ਆ ਤੂੰ ਵੀ ਬਣਿਆ ਰਹੀ ਹੁਣ ਮੇਰਾ, ਮੈਂ ਚੰਨ ਚਕੋਰੀ ਤੂੰ ਹਰ ਦਮ ਧਿਆਨ ਤਰੀਨ ਤਵੇਰਾ। ਅਸੀਂ ਆਪਣੀ ਲਾਈਆਂ ਵੇ ਅਸੀਂ ਆਪਣੀ ਲਾਈਆਂ ਵੇ ਅਮਰ ਸਿਆ ਲੱਗੀਆਂ ਜੋਰੋ ਜੋਰੀ, ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ, ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ। ਮਾਸ਼ਾ ਅਲੀ, ਸੁਰ ਨੂੰ ਖੁਦਾ ਹਾਫਿਸ ਕਿਉਂ ਕਹਿਤਾ ਸੀ ਰਸਤੇ 'ਚ? ਸਾਹ ਚੜ ਗਿਆ ਸੀ? ਫਨਕਾਰ ਹੋਵੇ, ਸਾਹ ਵੀ ਚੜੇ ਸੁਰ ਨਾ ਚੜੇ। ਤਿੰਨੇ ਰਾਊਂਡ ਬਹੁਤ ਅੱਛੇ ਗਏ ਆ, ਕੋਈ ਫਿਕਰ ਵਾਲੀ ਗੱਲ ਨਹੀਂ, ਪਰ ਇਹ ਥੋੜ੍ਹੀ ਜਿਹੀ ਆਪਣੀ ਚੋਇਸ, ਜਿੱਦਾਂ ਜਿਹੜੀ ਚੀਜ਼ਾਂ ਤੁਹਾਨੂੰ ਸੂਟ ਕਰਦੀਆਂ ਆਪਣੇ ਸੁਭਾਅ ਮੁਤਾਬਕ, ਆਪ ਵੀ ਆਪਣੇ ਆਪ ਨੂੰ ਸੁਣਿਆ ਕਰੋ, ਆਪਣੇ ਆਪ ਨੂੰ ਆਪ ਦੇਖੋ। ਹਾਂ, ਬਹੁਤ ਅੱਛਾ ਗਾ ਰਹੇ ਹੋ ਤੁਸੀਂ। ਆਪਣੀ ਮਰਜ਼ੀ ਦੇ ਮੁਤਾਬਿਕ, ਆਪਣੀ ਆਵਾਜ਼ ਮੁਤਾਬਿਕ ਜੋ ਤੁਹਾਨੂੰ ਠੀਕ ਲੱਗਦਾ ਸੁਣਾ। ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀੜਾ ਸਿੱਖ ਲਿਆ ਹੈ, ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀੜਾ ਸਿੱਖ ਲਿਆ, ਜਾਬ ਕਦਰੇ ਤੇਰੇ ਬਾਜੋ ਜਾਬ ਕਦਰੇ ਤੇਰੇ ਬਾਜੋ ਜੀਣਾ ਸਿੱਖ ਲਿਆ, ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀੜਾ ਸਿੱਖ ਲਿਆ ਹੈ, ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀੜਾ ਸਿੱਖ ਲਿਆ।
ਝੂਠੇ ਵਾਦੇ ਝੂਠੇ ਨਾਰਿਆਂ ਕੋਲੋਂ ਅੱਕ ਗਏ ਦਾਦੀਏ ਤੇਰੇ ਜ਼ੁਲਮਾਂ ਤੋਂ ਬਹੁਤਾ ਥੱਕ ਗਏ ਦਾਦੀਏ ਤੇਰੇ ਜ਼ੁਲਮਾਂ ਤੋਂ ਬਹੁਤਾ ਥੱਕ ਗਏ ਜ਼ਖਮਾਂ ਨੂੰ ਅਸੀਂ ਨਾਲ ਹੌਸਲੇ ਜ਼ਖਮਾਂ ਨੂੰ ਅਸੀਂ ਨਾਲ ਹੌਸਲੇ ਜੀਣਾ ਸਿੱਖ ਲਿਆ ਹੰਝੂਆਂ ਦੇ ਵਿੱਚ ਗਮ ਹੰਝੂਆਂ ਦੇ ਵਿੱਚ ਗਮ ਪਾ ਕੇ ਪੀੜਾ ਸਿੱਖ ਲਿਆ ਹੰਝੂਆਂ ਦੇ ਵਿੱਚ ਗਮ ਪਾ ਕੇ ਪੀੜਾ ਸਿੱਖ ਲਿਆ ਇਹ ਗਾਣਾ ਕਿਹਨਾਂ ਨੇ ਗਾਇਆ ਸਾਵਰਕੋਟੀ ਜੀ ਦਾ ਅੱਛਾ ਵੈਰੀ ਗੁੱਡ ਬੜਾ ਅੱਛਾ ਬਹੁਤ ਅੱਛਾ ਤੁਹਾਡੀ ਆਵਾਜ਼ ਦੀ ਕੁਆਲਿਟੀ ਵੀ ਮੇਲ ਖਾਂਦੀ ਹੈ ਇਸ ਬੜੇ ਸੁਰੀਲੇ ਸਿੰਗਰ ਹੈ ਵਜ਼ੀਰ ਜੀ ਸਾਵਰਕੋਟੀ ਸਾਹਿਬ ਦਾ ਹੁਣੇ ਗਾਣਾ ਗਾਇਆ ਉਹਨਾਂ ਨੇ ਇੱਕ ਗਾਣਾ ਉਹਨਾਂ ਦਾ ਬਹੁਤ ਪੋਪੂਲਰ ਹੋਇਆ ਸੀ ਬਹੁਤ ਹੀ ਵਧੀਆ ਕੰਪੋਜੀਸ਼ਨ ਸੀ ਉਸ ਗਾਣੇ ਦੀ ਅਸੀਂ ਮੌਸਮ ਤੁਸੀਂ ਮੌਸਮ ਵਾਂਗੂ ਬਦਲ ਗਏ ਸੀ ਰੁੱਖਾਂ ਵਾਂਗੂ ਖੜ੍ਹੇ ਰਹੇ ਬਹੁਤ ਅੱਛਾ ਗਾਇਆ ਵੀ ਸੀ ਉਹਨਾਂ ਨੇ ਅਤੇ ਮੇਰਾ ਦਿਲ ਕਰ ਰਿਹਾ ਉਹ ਗਾਣਾ ਸੁਣਨ ਦਾ ਸੋਚਿਆ ਨਾ ਦਿਲ ਆਉਣ ਤੋਂ ਪਹਿਲਾਂ ਆਪਣਾ ਆਪ ਗਵਾਉਣ ਤੋਂ ਪਹਿਲਾਂ ਹਾਏ ਸੋਚਿਆ ਨਾ ਦਿਲ ਆਉਣ ਤੋਂ ਪਹਿਲਾਂ ਆਪਣਾ ਆਪ ਗਵਾਉਣ ਤੋਂ ਪਹਿਲਾਂ ਅਸੀਂ ਬੇਸਮਝੇ ਦਿਲ ਲਾ ਕੇ ਗਏ ਬੇਸਮਝੇ ਦਿਲ ਲਾ ਕੇ ਦਿਲ 'ਤੇ ਅੜੇ ਰਹੇ ਉਹ ਮੌਸਮ ਵਾਂਗੂ ਬਦਲ ਗਏ ਅਸੀਂ ਰੁੱਖਾਂ ਵਾਂਗੂ ਖੜ੍ਹੇ ਰਹੇ ਉਹ ਮੌਸਮ ਵਾਂਗੂ ਬਦਲ ਗਏ ਅਸੀਂ ਰੁੱਖਾਂ ਵਾਂਗੂ ਖੜ੍ਹੇ ਰਹੇ ਰਾਂਝੇ ਨਾਲ ਜਿਹੜੀਆਂ ਹੋਈਆਂ ਸੀ ਸਾਡੇ ਨਾਲ ਹੋਈਆਂ ਉਹ ਠੱਗੀਆਂ ਰਾਂਝੇ ਨਾਲ ਜਿਹੜੀਆਂ ਹੋਈਆਂ ਸੀ ਸਾਡੇ ਨਾਲ ਹੋਈਆਂ ਉਹ ਠੱਗੀਆਂ ਕੀ ਕਰੀਏ ਮਾਣ ਪਰੀਤਾਂ 'ਤੇ ਜਈਆਂ ਲੱਗੀਆਂ ਜਈਆਂ ਨਾ ਲੱਗੀਆਂ ਸਾਡੇ ਨਾਲ ਮੁਕੱਦਰ ਗਏ ਸਾਡੇ ਨਾਲ ਮੁਕੱਦਰ ਲੱਗਦਾ ਲੜੇ ਰਹੇ ਮੌਸਮ ਵਾਂਗੂ ਬਦਲ ਗਏ ਅਸੀਂ ਰੁੱਖਾਂ ਵਾਂਗੂ ਖੜ੍ਹੇ ਰਹੇ ਉਹ ਮੌਸਮ ਵਾਂਗੂ ਬਦਲ ਗਏ ਅਸੀਂ ਰੁੱਖਾਂ ਵਾਂਗੂ ਖੜ੍ਹੇ ਰਹੇ ਉਹ ਮੌਸਮ ਵਾਂਗੂ ਬਦਲ ਗਏ ਅਸੀਂ ਰੁੱਖਾਂ ਵਾਂਗੂ ਖੜ੍ਹੇ ਰਹੇ ਗੁੱਡ ਬਹੁਤ ਅੱਛਾ ਗਾਇਆ
ਬਹੁਤ ਸੋਹਣਾ। ਤੁਹਾਡਾ ਪਰਹੇਜ਼ ਇਹ ਆ ਕਿ ਚੰਗਾ ਭਲਾ ਗਾਣਾ ਅਤੇ ਚੰਗੀ ਭਲੀ ਘਬਰਾਹਟ। ਕਾਹਤੋਂ ਘਬਰਾਉਂਦੇ ਹੋ? ਅਸੀਂ ਰੋਜ਼ ਕਹਿੰਦੇ ਹਾਂ ਜਿਹੜੇ ਵੀ ਆਉਂਦੇ ਮਿੱਤਰ ਕਿ ਜੇ ਤਾਂ ਸਾਜ਼ਾਂ ਤੋਂ ਡਰ ਲੱਗਦਾ ਤਾਂ ਸਾਜ਼ਾਂ ਨਾਲ ਘਰ ਵੀ ਗਾਇਆ ਕਰੋ। ਤੁਹਾਨੂੰ ਜਿਹੜਾ ਦਿੱਲੀ ਦਾ ਏ ਗ੍ਰੇਡ ਔਰਕੈਸਟਰਾ ਦਿੱਤਾ ਗਿਆ, ਸਭ ਤੋਂ ਅੱਛੇ ਲੋਕ ਜਿਹੜੇ ਆ, ਮਤਲਬ ਸਾਡੀ ਮਜਬੂਰੀ ਆ, ਨਹੀਂ ਤਾਂ ਇਹਨਾਂ ਨੂੰ ਸੁਣ ਕੇ ਦਿਲ ਕਰਦਾ ਗਾਈਏ। ਪਹਿਲਾਂ ਤੁਹਾਡੇ ਤੁਸੀਂ ਉੱਥੇ ਅਨਾਊਂਸਮੈਂਟ ਹੋ ਰਹੀ ਹੁੰਦੀ ਆ, ਤੁਹਾਡੇ ਗਾਣੇ ਦਾ ਮਾਹੌਲ ਬਣਾ ਦਿੱਤਾ ਜਾਂਦਾ, ਉੱਥੋਂ ਬਸ ਕਰ ਲਓ। ਇਹ ਗਾਣਾ ਬਹੁਤ ਅੱਛਾ ਗਾਇਆ ਤੁਸੀਂ, ਔਰ ਸਾਬਰਕੋਟੀ ਨੇ ਵੀ ਗਾਇਆ, ਕੰਟੀਨਿਊਸ ਮਹੀਨਾ ਸੁਣਿਆ ਸੀ ਮੈਂ ਗੀਤ, ਬਹੁਤ ਅੱਛਾ ਸੀ ਜੀ। ਗੁਰੂ ਜੀ ਦੀ ਤਰਜ਼ ਬਣਾਈ ਹੈ ਉਸਤਾਦ ਚਰਨਜੀਤ ਅਹੂਜਾ ਸਾਹਿਬ ਦੀ, ਇਹਨਾਂ ਦੇ ਵਾਲਦ ਸਾਹਿਬ ਜੀ ਜੀ। ਤੇਰਾ ਵਿਪਨ ਗਿੱਲ ਸਾਹਿਬ, ਕੋਈ ਆਪਣੀ ਪਸੰਦ ਦਾ ਜਿਹੜਾ ਗੀਤ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਹੈ? ਮੈਂ ਕੋਸ਼ਿਸ਼ ਕਰਾਂਗਾ, ਕਿਉਂਕਿ ਤੁਸੀਂ ਅੱਛੇ ਆਰਟਿਸਟ ਹੈ, ਤੁਹਾਡੀ ਚੋਇਸ ਮੇਰੇ ਨਾਲ ਚੋਇਸ ਨਾਲ ਮਿਲਦੀ ਹੋਵੇ। ਮੈਂ ਵੈਸੇ ਜਸਟ ਟੈਲੀਪੈਥੀ ਦੇ ਜ਼ਰੀਏ ਤੁਹਾਨੂੰ ਮੈਸੇਜ ਭੇਜਦਾ, ਤੁਹਾਨੂੰ ਕਿਹੜਾ ਗਾਣਾ ਪਸੰਦ ਹੈ? ਜੇ ਉਹ ਮੈਨੂੰ ਪਸੰਦ ਹੋਇਆ ਤਾਂ ਮੈਨੂੰ ਚੰਗੀ ਲੱਗੇਗੀ ਗੱਲ। ਕਿਹੜਾ ਗੀਤ ਪਸੰਦ ਹੈ ਤੁਹਾਨੂੰ, ਕਿਹੜਾ ਗਾਉਣਾ ਚਾਹੋਗੇ, ਉਹਦੇ ਬੋਲ ਸੁਣਾਓ। ਰੱਬਾ ਦੁਖੀ ਦਿਲ ਮੇਰਾ ਕਾਹਦੇ ਲਈ ਬਣਾਇਆ, ਮੈਂ ਇਹੀ ਸੋਚਿਆ ਸੀ, ਇਹੀ ਸੁਣਾਓ, ਇਹੀ ਸੁਣਾਓ। ਰੱਬਾ ਵਿਛੜ ਜਾਵੇ ਜੇ ਯਾਰ ਤੇਰਾ, ਤੇ ਪਤਾ ਲੱਗੀ ਜੇ ਵਿਛੋੜਾ ਕੀ ਏ, ਫੇਰ ਤੈਨੂੰ ਕਹਿਣਾ ਪੈ ਜੇ ਦੁਨੀਆ ਨੂੰ, ਮਾਹੀ ਵਾਜ ਨਾ ਲੱਗਦਾ ਜੀ, ਵੇ ਤੈਨੂੰ ਵਾਸਤਾ ਆਪਣੇ ਆਪ ਸੱਜਣਾ ਦਾ, ਤੇ ਦੱਸ ਕਿਸ਼ਕੇ ਦਾ ਦਾਰੂ ਕੀ ਏ, ਵੇ ਮੇਰਾ ਯਾਰ ਮਿਲਾ ਨੀ ਤੇ ਮਾਂ ਮੈਂ ਇਸ ਦੁਨੀਆ ਤੋਂ ਲੈਣਾ ਕੀ। ਓ ਰੱਬਾ ਦੁਖੀ ਦਿਲ ਮੇਰਾ ਕਾਹਦੇ ਲਈ ਬਣਾਇਆ, ਓ ਰੱਬਾ ਦੁਖੀ ਦਿਲ ਮੇਰਾ ਕਾਹਦੇ ਲਈ ਬਣਾਇਆ, ਜਿਹਦਾ ਨਾ ਇਲਾਜ ਕੋਈ, ਜਿਹਦਾ ਨਾ ਇਲਾਜ ਕੋਈ, ਓਹੀ ਰੋਗ ਲਾਇਆ ਏ ਰੱਬਾ ਦੁਖੀ ਦਿਲ ਮੇਰਾ ਕਾਹਦੇ ਲਈ ਬਣਾਇਆ, ਓ ਰੱਬਾ ਦੁਖੀ ਦਿਲ ਮੇਰਾ ਕਾਹਦੇ ਲਈ ਬਣਾਇਆ।
ਫਿਨਿਸ਼ਿੰਗ ਕੀਤੀ ਹੈ ਬਹੁਤ ਅੱਛੀ ਲਾਸਟ ਦਾ ਰਾਗ ਜਿਹੜੇ ਰਾਗ ਰਾਗ ਫਿਨਿਸ਼ਿੰਗ ਚੇਂਜ ਹੀ ਕਰਤਾ ਬਿਲਕੁਲ ਫਿਨਿਸ਼ ਕਰ ਦੇਣਾ ਰਾਗ ਨੂੰ ਬਿਲਕੁਲ ਉਹ ਰਹਿਣ ਹੀ ਨਹੀਂ ਦੇਣਾ ਜਿਹਦੇ ਚ ਗਾਉਂਦੇ ਰਹੇ ਆ ਇਹਨੂੰ ਕਹਿੰਦੇ ਫਿਨਿਸ਼ਿੰਗ ਬਿਲਕੁਲ ਲਾਸਟ ਦੀ ਬਹੁਤ ਸੁਰ ਖਤਰਨਾਕ ਸੀ ਜਿਹੜੀ ਸੀ ਲਾਈਵ ਬਹੁਤ ਅੱਛੀ ਮੈਂ ਬਹੁਤ ਖੁਸ਼ ਹਾਂ ਤੁਹਾਡੇ ਤੋਂ ਥੈਂਕ ਯੂ ਸਰ ਬਾਕੀ ਮੈਂ ਹੋਰ ਕਿਸੇ ਦਾ ਨਹੀਂ ਪਤਾ ਮੈਨੂੰ ਹੋਰ ਕਿਸੇ ਦਾ ਪਤਾ ਨਹੀਂ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਤੁਹਾਡੇ ਥੈਂਕ ਯੂ ਸਰ ਔਰ ਜਿਹੜਾ ਲਾਸਟ ਰਾਊਂਡ ਗਾਇਆ ਤੁਸੀਂ ਹੁਣ ਵਾਲਾ ਗੀਤ ਤਿੰਨ ਰਾਊਂਡ ਤੁਹਾਨੂੰ ਪਹਿਲਾਂ ਇੱਦਾਂ ਦੇ ਗਾਉਣੇ ਚਾਹੀਦੇ ਸੀ ਇਹਦਾ ਮਤਲਬ ਇਸ ਸਕੇਲ ਤੋਂ ਤੁਸੀਂ ਬੜਾ ਭਰ ਕੇ ਗਾਉਂਦੇ ਆ ਇਹਨੂੰ ਅੰਡਰਲਾਈਨ ਰੱਖੋ ਥੈਂਕ ਯੂ ਹਾਂ ਜੀਤੇ ਰਹੋ ਤੇ ਇੱਥੇ ਖਤਮ ਹੁੰਦਾ ਸਾਡਾ ਆਖਰੀ ਰਾਊਂਡ ਯਾਨੀ ਕਿ ਜੱਜਿਸ ਚੋਇਸ ਰਾਊਂਡ ਇਹਨਾਂ ਚਾਰ ਮੇਲ ਕੰਟੈਸਟੈਂਟ ਵਿੱਚੋਂ ਯਾਨੀ ਕਿ ਮਾਸ਼ਾ ਅਲੀ ਧਰਮਵੀਰ ਵਜ਼ੀਰ ਸਾਗਰ ਔਰ ਉਸ ਦੇ ਨਾਲ ਵਿਪਿਨ ਗਿੱਲ ਇਹਨਾਂ ਚਾਰਾਂ ਵਿੱਚੋਂ ਕਿਹਨੂੰ ਜਾਣਾ ਚਾਹੀਦਾ ਸੈਮੀਫਾਈਨਲ ਦੇ ਵਿੱਚ ਸਾਡੇ ਜਿਊਰੀ ਮੈਂਬਰਸ ਆਪਣੀ ਜੱਜਮੈਂਟ ਤਿਆਰ ਕਰ ਰਹੇ ਨੇ ਅਤੇ ਇਹਨਾਂ ਚਾਰ ਮੁਕਾਬਲੇਬਾਜ਼ਾਂ 'ਚੋਂ ਕੌਣ ਜਾਏਗਾ ਸੈਮੀਫਾਈਨਲ ਦੇ ਵਿੱਚ ਇਹ ਅਸੀਂ ਤੁਹਾਨੂੰ ਦੱਸਾਂਗੇ ਐਤਵਾਰ ਰਾਤੀ 8 ਵਜੇ ਸੋ ਫਿਲਹਾਲ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਵੇਖਦੇ ਰਹੋ ਐਮ ਐਚ 1